ਅੱਜ ਜੋ ਸੱਚਖੰਡ ਜੈਸਾ ਮਾਹੌਲ ਬਣਿਆ ਹੈ, ਸਭ ਜੀ ਉੱਤੇ ਅੰਦਰ ਸਤਸੰਗ ਦੀਆਂ ਘੜੀਆਂ ਇਹੋ ਜਿਹੀਆਂ ਕਿਤੇ ਕਿਤੇ ਨਸੀਬ ਹੁੰਦੀਆਂ ਹਨ। ਜਦੋਂ ਨਾਮ ਦੇ ਵਪਾਰੀ, ਨਾਮ ਦੇ ਭੁੱਖੇ, ਨਾਮ ਦੇ ਪਿਆਸੇ ਇਕੱਠੇ ਹੋ ਜਾਣ, ਪਰ ਜੋ ਨਾਮ ਦੀ ਗੱਲ ਹੈ ਖੁੱਭ ਕੇ ਕਰਨੀ, ਉਹਦੇ ਵਿੱਚ ਸਮਾਉਣ ਦੀ ਗੱਲ ਹੈ, ਉਹ ਕਿਤੇ ਕਿਤੇ ਮੈਨੂੰ ਨਸੀਬ ਹੁੰਦੀ ਹੈ। ਭਾਈ ਜੀਤ ਸਿੰਘ ਜੀ ਗੁਰਮੁਖ ਰੂਪ, ਇਹ ਜੋ ਡਿਊਟੀ ਹੈ ਗੁਰੂ ਨਾਲ ਤਰਕਾਲੀ ਸੇਵਾ ਹੁੰਦੀ ਹੈ, ਕਿਸੇ ਕਿਸੇ ਦੇ ਭਾਗਾਂ ਵਿੱਚ ਆਉਂਦੀ ਹੈ।